ਧੰਨਵਾਦ ਸਪੀਕਰ ਸਾਹਿਬ। ਮੈਂ ਗੱਲ ਕਰਾਂਗਾ ਅਨੁਸੂਚਿਤ ਸਮਾਜ ਦੀ ਸਰ, ਕਿ ਭਾਰਤੀ ਸੰਵਿਧਾਨ ਦੀ ਮੰਸ਼ਾ ਸੀ ਕਿ ਦੱਬੇ ਕੁਚਲੇ ਲੋਕਾਂ ਨੂੰ ਬਰਾਬਰ ਲੈ ਕੇ ਆਉਣਾ। ਭਾਰਤੀ ਸੰਵਿਧਾਨ ਲਾਗੂ ਹੋਇਆ ਤਾਂ 10 ਸਾਲ ਦੀ ਪ੍ਰਿਜ਼ਨ ਕੀਤੀ ਸੀ, ਜਿਹਦੇ ਵਿੱਚ ਜਨਗਣਨਾ ਦੇ ਆਧਾਰ 'ਤੇ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ, ਲੋਕ ਸਭਾ ਅਤੇ ਵਿਧਾਨ ਸਭਾ ਸੀਟਾਂ ਰਿਜ਼ਰਵ ਕੀਤੀਆਂ ਜਾਣਗੀਆਂ। 2001 ਦੇ ਵਿੱਚ ਪੰਜਾਬ ਦੇ ਵਿੱਚ 28.9 ਜਨਸੰਖਿਆ ਸੀ ਅਨੁਸੂਚਿਤ ਸਮਾਜ ਦੀ, ਸੀਟਾਂ ਸੀਗੀਆਂ 34 ਰਿਜ਼ਰਵ। 2011 ਦੇ ਵਿੱਚ ਜਨਗਣਨਾ ਹੋਈ ਅਤੇ 13 ਦੇ ਵਿੱਚ ਭਾਰਤ ਸਰਕਾਰ ਨੇ ਗਜਟ ਛਾਪ ਦਿੱਤਾ, ਜਿਹਦੇ ਵਿੱਚ ਪੰਜਾਬ ਦਾ ਵਰਣਨ ਵੀ ਹੈ ਕਿ ਰੀਐਡਜਸਟਮੈਂਟ ਕੀਤੀ ਜਾਵੇ, ਪਰ ਨਹੀਂ ਕੀਤੀ ਗਈ। ਹੁਣ 24 ਚੱਲ ਰਿਹਾ, ਲਗਭਗ ਪੰਜਾਬ ਦੇ ਵਿੱਚ 33% ਅਨੁਸੂਚਿਤ ਜਾਤੀ ਦੇ ਲੋਕਾਂ ਦੀ ਆਬਾਦੀ ਹੈ। ਜਿਸ ਤਰ੍ਹਾਂ ਹਲਕਾ ਗੁਰੂਆ ਸਾਹਿਬ ਅਤੇ ਜਲਾਲਾਬਾਦ, ਦੋਨਾਂ ਦੇ ਵਿੱਚ 60% ਤੋਂ ਵੱਧ ਐਸੀ ਸਮਾਜ ਦੇ ਲੋਕ ਰਹਿੰਦੇ ਆ। ਤਾਂ ਪਿੱਛੇ ਜਿਹੇ ਯੂਪੀ ਵਿੱਚ 2 ਸੀਟਾਂ ਰਿਜ਼ਰਵ ਕੀਤੀਆਂ ਗਈਆਂ ਅਤੇ ਗੋਆ ਵੱਲੋਂ ਮੁੱਖ ਮੰਤਰੀ ਨੇ ਪਹੁੰਚ ਕੇ ਭਾਰਤ ਸਰਕਾਰ ਕੋਲ ਪੂਰਜ ਕੀਤੀ ਹੈ ਕਿ 4 ਸੀਟਾਂ ਹੋਰ ਰਿਜ਼ਰਵ ਕੀਤੀਆਂ ਜਾਣ। 5/8/24 ਨੂੰ ਬਿੱਲ ਇੰਟਰੋਡਿਊਸ ਹੋਇਆ। ਮੈਂ ਗੁਜ਼ਾਰਿਸ਼ ਕਰਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਪੰਜਾਬ ਸਰਕਾਰ ਸਿਫਾਰਿਸ਼ ਕਰਕੇ ਭੇਜੇ ਤਾਂ ਕਿ ਰੀਐਡਜਸਟਮੈਂਟ ਦੇ ਵਿੱਚ ਜਨਗਣਨਾ ਦੇ ਹਿਸਾਬ ਨਾਲ ਰਿਜ਼ਰਵੇਸ਼ਨ ਲੋਕ ਸਭਾ ਅਤੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਮਿਲ ਸਕੇ। ਜੇ ਗੱਲ ਕਰੀਏ ਤਾਂ ਫਿਰੋਜ਼ਪੁਰ ਸੀਟ ਜਿਹੜੀ ਲੋਕ ਸਭਾ ਹੈ, ਇਸ ਵੇਲੇ 13 ਸੀਟਾਂ 'ਚੋਂ ਟੌਪ 'ਤੇ ਹੈ ਅਤੇ ਉਸੇ ਤਰ੍ਹਾਂ ਹੀ ਹਲਕਾ ਗੁਰੂ ਸਾਹਿਬ। ਥੈਂਕ ਯੂ, ਤੁਹਾਡੀ ਗੱਲ ਆ ਗਈ ਜੀ। ਥੈਂਕ ਯੂ। ਨੌਕਰੀਆਂ ਦੇ ਵਿੱਚ ਵੀ ਰਾਖਵਾਂ ਕਰਨ ਆਬਾਦੀ ਦੇ ਹਿਸਾਬ ਨਾਲ ਦਿੱਤਾ ਜਾਵੇ। ਥੈਂਕ ਯੂ, ਥੈਂਕ ਯੂ। ਧੰਨਵਾਦ ਸਪੀਕਰ ਸਾਹਿਬ।